ਇਹ ਚੀਜ਼ਾਂ ਤੇ ਮੈਨੂੰ ਲੱਗਦਾ ਕਿ ਆਮ ਘਰਾਂ ਦੇ ਵਿੱਚ ਪਹਿਲਾਂ ਪੰਜਾਬ ਦੇ ਵਿੱਚ ਇਹ ਆਮ ਹੋਇਆ ਕਰਦੀਆਂ ਸੀ ਤੇ ਇਹ ਅਲੋਪ ਹੁੰਦੀਆਂ ਜਾ ਰਹੀਆਂ ਨੇ ਸਾਰੇ ਬੰਨੇ ਐਸਾ ਕੀ ਕਾਰਨ ਕਿਉਂਕਿ ਦੇਖੋ ਜੀ ਜਿੰਨੂੰ ਹੁਣ ਜਿਹੜੀ ਆਪਣੀ ਉਮਰ ਹੈ ਨਾ ਜਿੰਨੂੰ ਕਹ ਲੋ ਜੁਗ ਬਦਲਦਾ ਆਪਾਂ ਇੱਕ ਜੁਗ ਬਦਲਦਾ ਵੇਖ ਰਹੇ ਹਾਂ ਹਾਂਜੀ ਇਹ ਜਿਹੜੀ ਚੀਜ਼ ਆ ਇਹਦੇ ਵਾਸਤੇ ਮਿਹਨਤ ਦੀ ਲੋੜ ਆ ਹੂੰ ਜਿੰਨੇ ਖਾਣਾ ਵਾ ਹਾਂਜੀ ਜਿੰਨੇ ਬਣਾਉਣਾ ਵਾ ਉਹਨੂੰ ਜ਼ੋਰ ਵੀ ਚਾਹੀਦਾ ਜ਼ੋਰ ਵੀ ਚਾਹੀਦਾ ਇਹਨੂੰ ਪਹੁੰਚਾਉਣ ਨੂੰ ਵੀ ਜ਼ੋਰ ਚਾਹੀਦਾ ਹੂੰ ਅੱਜ ਕੱਲ ਕੀ ਆ ਗਿਆ ਸੌਰੀ ਟੂ ਸੇ ਮੁੰਡੇ ਜਾਂਦੇ ਆ ਉਹ ਸੋਚਦੇ ਅੱਜ ਰਾਤ ਨੂੰ ਖਾਈਏ ਤੇ ਸਵੇਰ ਨੂੰ ਹੀ ਤਿੰਨ ਚਾਰ ਬੰਦੇ ਚੁੱਕੇ ਫਰੀਏ ਉਹ ਫਿਲਮ ਵਾਲਾ ਸੀਨ ਆ ਬਿਲਕੁਲ ਇੱਥੇ ਜਿਹੜਾ ਇਹ ਰਿਐਲਿਟੀ ਜਿਹੜੀ ਇਹਨੇ ਤੁਹਾਨੂੰ ਅੰਦਰੋਂ ਤਾਕਤਵਾਰ ਰੱਖਣਾ ਹੋ ਸਕਦਾ ਤੁਹਾਨੂੰ ਕੋਈ ਜ਼ਿੰਦਗੀ ਦੇ ਵਿੱਚ ਇਹੋ ਜੀ ਪ੍ਰੋਬਲਮ ਆ ਜਾਂਦੀ ਆ ਵੀ ਤੁਸੀਂ ਇਕੱਲੇ ਬੈਠ ਕੇ ਸੋਚਣਾ ਸ਼ੁਰੂ ਕਰ ਦਿੰਦੇ ਆ ਤੁਸੀਂ ਉਦੋਂ ਵੀ ਮਹਾਰਾਜ ਦੀ ਬਾਣੀ ਨਾਲ ਜੁੜੋ ਤੇ ਰੋਟੀ ਪਾਣੀ ਦੇ ਨਾਲ ਹੀ ਰਗੜਾ ਲਾਓ ਚੜਦੀ ਕਲਾ ਆਪਣੇ ਆਪ ਆਊ